ਹੈ, ਉਹ ਚਾਹੁੰਦੇ ਹਾਂ ਵੀ ਤਗੜੇ ਹੋ ਕੇ ਮਿਹਨਤ ਕਰੋ ਅਤੇ ਆਪਾਂ ਗੋਲਡ ਮੈਡਲ ਲੈ ਕੇ ਆਉਣਾ। ਬਹੁਤ ਬਹੁਤ ਵਧਾਈਆਂ ਦੇਵਾਂਗੇ ਉਹਨਾਂ, ਸਾਰਾ ਪਿੰਡ ਬਹੁਤ ਖੁਸ਼ ਆ, ਵਧਾਈ ਦੇਣ ਡੇ, ਸਾਰੇ ਸਾਰੇ ਪਰਿਵਾਰ ਦੇ ਮੈਂਬਰ ਵੀ ਵਧਾਈ ਦੇਣ ਡੇ। ਮਾਣ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਕਿ ਸਾਡਾ ਬੇਟਾ ਕਿੱਥੋਂ ਤੱਕ ਪਹੁੰਚਿਆ। ਵੇਖੋ ਸਾਡੇ ਮਨ ਨੂੰ ਬੜੀ ਖੁਸ਼ੀ ਹੈਗੀ ਵੀ ਚਲੋ ਪਿਛਲੇ ਸਾਲ ਵੀ ਸਾਡੀ ਇਤਿਹਾਸਕ ਜਿੱਤ ਹੋਈਗੀ ਅਤੇ ਅਸੀਂ ਪਿਛਲੇ ਸਾਲ ਪਰਮਾਤਮਾ ਕੜੀ ਅਰਦਾਸ ਬੇਨਤੀਆਂ ਕਰਦੇ ਵੀ ਮਹਾਰਾਜ ਪਰਮਾਤਮਾ ਕਿਰਪਾ ਕਰ ਯਾਰ ਕਿ ਸਾਡੇ ਮੈਡਲ ਦਾ ਰੰਗ ਚੇਂਜ ਹੋਵੇ ਗੋਲਡ। ਅਸੀਂ ਤਾਂ ਗੋਲਡ ਦੀ ਉਡੀਕ ਲਾ ਕੇ ਬੈਠੇ ਹਾਂ ਵੀ ਪਰਮਾਤਮਾ ਕਿਰਪਾ ਕਰ। ਜਿਸ ਹਿਸਾਬ ਨਾਲ ਸਾਡੀ ਟੀਮ ਯਾਰ ਕਿ ਸੈੱਟ ਹੈਗੀ ਅਤੇ ਚਲੋ ਪਿਛਲੇ ਮੈਚ ਜਿੰਨੇ ਵੀ ਇਹਨਾਂ ਨੇ ਖੇਡੇ ਬਹੁਤ ਸੋਹਣੇ ਖੇਡੇ ਹੈਗੇ, ਬੜਾ ਟਫ ਮੁਕਾਬਲੇ ਸੀ ਸਾਰੇ। ਚਲੋ ਆਸਟ੍ਰੇਲੀਆ ਨੂੰ ਅਸੀਂ 1952 ਤੋਂ ਬਾਅਦ 1972 ਤੋਂ ਬਾਅਦ ਅੱਜ 52 ਸਾਲਾਂ ਬਾਅਦ ਅਸੀਂ ਆਸਟ੍ਰੇਲੀਆ ਤੋਂ ਜਿੱਤੇ ਹਾਂ। ਚਲੋ ਬਹੁਤ ਸੋਹਣਾ ਮੈਚ ਆ, ਉੱਦਣ ਹੀ ਅਸੀਂ ਤਾਂ ਮੈਡਲ ਦੀ ਉਮੀਦ ਬਣਦੀ ਹੈ ਵੀ ਜੇ ਅਸੀਂ ਆਸਟ੍ਰੇਲੀਆ ਤੋਂ ਜਿੱਤ ਕੇ ਸਾਡਾ ਮੈਡਲ ਪੱਕਾ। ਚਲੋ ਅੱਜ ਗ੍ਰੇਟ ਬ੍ਰਿਟਨ ਦੇ ਨਾਲ ਸਾਡਾ ਮੈਚ ਸੀਗਾ ਆਸਟ੍ਰੇਲੀਆ ਦਾ ਆਪਣੇ ਇੰਡੀਆ ਦਾ, ਅਤੇ ਬਹੁਤ ਸੋਹਣਾ ਖੇਡਿਆ ਸਾਰੇ। ਚਲੋ ਭਾਵੇਂ ਸਾਡੇ ਇੱਕ ਪਲੇਅਰ ਨੂੰ ਕਾਰਡ ਹੋ ਗਿਆ ਸੀਗਾ, 10 ਪਲੇਅਰਾਂ ਦੇ ਨਾਲ ਵੀ ਸਾਡੀ ਟੀਮ ਖੇਡੀ ਆ, ਪਰ ਫਿਰ ਵੀ ਅਸੀਂ ਜਿੱਤ ਹਾਸਲ ਕੀਤੀ ਹੈ। ਚਲੋ ਸਾਡਾ ਮੈਚ 1-1 ਦੇ ਨਾਲ ਡਰਾ ਹੋਇਆ ਵਾਗਾ, ਉਸ ਤੋਂ ਬਾਅਦ ਅਸੀਂ ਸਟੋਕਾਂ ਨਾਲ ਜਿੱਤੇ ਹਾਂਗੇ, ਸਾਡੀ 4-2 ਦੀ ਜਿੱਤੇ ਹੈਗੀ। ਨਹੀਂ ਮੈਚ ਜਿੱਤਣ ਤੋਂ ਬਾਅਦ ਦੇ ਵਿੱਚ ਅਜੇ ਗੱਲ ਨਹੀਂ ਹੋਈ, ਕਿਉਂ ਅਜੇ ਉਹਨਾਂ ਕੋਲ ਸਮਾਂ ਹੀ ਨਹੀਂ ਹੋਣਾ, ਉਸ ਤੋਂ ਸ਼ਾਮ ਨੂੰ ਅਸੀਂ ਗੱਲ ਕਰਾਂਗੇ, ਉਹਨਾਂ ਸ਼ਾਮ ਨੂੰ ਅਸੀਂ ਮੈਂ ਵਧਾਈ ਦੇਵਾਂਗੇ, ਹੌਸਲੇ ਬੁਲੰਦ ਕਰਾਂਗੇ ਉਹਨਾਂ ਦੇ, ਤਗੜੇ ਹੋ ਜਾਓ, ਗੋਲਡ ਮੈਡਲ ਲੈ ਕੇ ਆਉਣਾ ਹੁੰਦਾ। ਜਿਸ ਤਰੀਕੇ ਨਾਲ ਸਾਡੀ ਟੀਮ ਅੱਜ ਖੇਡੀ ਆ ਜਾਂ ਆਸਟ੍ਰੇਲੀਆ ਨਾਲ ਖੇਡੀ ਆ, ਪਿਛਲੇ ਮੈਚ ਖੇਡੀ ਉਸ ਤਰੀਕੇ ਨਾਲ ਤਾਂ ਅਸੀਂ ਪੱਕੀ ਆਸ ਲਾ ਕੇ ਬੈਠੇ ਹਾਂ। ਬਾਕੀ ਪਲੇਅਰ ਸਾਰੇ 1-1 ਹੈਗੇ, ਪਲੇਅਰ ਸਾਰੇ ਸੈੱਟ ਹੈਗੇ, ਬਟ ਟੀਮ ਸੈੱਟ ਹੈ ਵੀ ਸਾਰੇ ਕੋਲ ਠੀਕ ਹੈ ਗੁਆ ਜੀ। ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਹਾਂ ਵੀ ਪਰਮਾਤਮਾ ਕਿਰਪਾ ਕਰੇ ਤੁਸੀਂ ਗੋਲਡ ਮੈਡਲ ਲੈ ਕੇ ਆਓ। ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ, ਇਹ ਸਿਰਫ ਪਰਿਵਾਰ ਨੂੰ ਨਹੀਂ, ਇਸ ਨਗਰ ਨੂੰ, ਇਸ ਇਲਾਕੇ ਨੂੰ, ਇੱਕ ਜੰਡਿਆਲਾ ਗੁਰੂ ਦਾ ਨਾਂ ਰੋਸ਼ਨ ਕੀਤਾ, ਹਿੰਦੁਸਤਾਨ ਦਾ ਤਾਂ ਕੀਤਾ ਪਿੰਡ ਦਾ, ਜਿਹੜਾ ਆਪਣੇ ਇਲਾਕੇ ਦਾ ਜਿਹੜਾ ਨਾਂ ਰੋਸ਼ਨ ਕੀਤਾ ਇਹਨਾਂ ਨੇ। ਜਦੋਂ ਮਿਲ ਕੇ ਗਿਆ ਸੀ ਉਦੋਂ, ਜਦੋਂ ਗਏ ਐਰਪੋਰਟ ਲਾਸਟ, ਜਦੋਂ ਲੋਕੀ ਦੇ ਵਿੱਚ ਇੱਥੇ ਮਿਲ ਕੇ ਗਿਆ, ਉਦੋਂ ਕਿਹਾ ਵੀ ਚਾਚਾ ਪ੍ਰੋਮਿਸ ਕਰਕੇ ਗਿਆ ਵੀ ਐਰਕਾ ਅਸੀਂ ਜਿਹੜਾ ਆਪਣੇ ਮੈਡਲ ਦਾ ਰੰਗ ਬਦਲਾਂਗੇ, ਗੋਲਡ ਦੇ ਵਿੱਚ ਲੈ ਕੇ ਆਵਾਂਗੇ ਇਹਨੂੰ। ਮਨ ਪੂਰਾ ਸਾਨੂੰ ਹੈ ਜੀ ਉਹ ਲੈ ਕੇ ਆਉਂਦੇ ਗੋਲਡ ਮੈਡਲ, ਕਿਉਂਕਿ ਟੀਮ ਵਰਕ ਬਹੁਤ ਵਧੀਆ ਇਹਨਾਂ ਦਾ, ਮੈਚ ਬਹੁਤ ਟਫ ਜੀ, ਇੱਕ ਵਾਰ ਤਾਂ ਪੂਰਾ ਫਸ ਗਿਆ, ਧੜਕਣਾਂ ਵੱਧ ਗਈਆਂ ਦਿਲਾਂ ਦੀਆਂ ਪੂਰੀਆਂ, ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜੀ, ਆਪ ਸਹਾਈ ਹੋ ਗਏ ਜੋ ਵੀ ਆ। ਇੱਕ ਤਾਂ ਰੈੱਡ ਕਾਰਡ ਜਿਹੜਾ ਮਿਲ ਗਿਆ ਸੀ ਉਹ ਇੱਕ ਵਾਰੀ ਤਾਂ ਟੀਮ ਨੂੰ ਝਟਕਾ ਲੱਗਾ ਸੀ ਨਾ, ਅਤੇ ਉਸ ਤੋਂ ਬਾਅਦ ਚਲੋ ਇਹਨਾਂ ਦੇ ਹੌਸਲੇ ਬੁਲੰਦ ਰੱਖੇ ਇਹਨਾਂ, ਇੱਕ ਇਹਨਾਂ ਜਣਕ ਜਾਗੀ, ਪੰਜਾਬੀਆਂ ਜਣਕ ਤਾਂ ਪਹਿਲਾਂ ਹੀ ਬਹੁਤ ਆ, ਇਹਨਾਂ ਜਣਕ ਜਾਗੀ ਤਾਂ ਚਲੋ ਫਿਰ ਵੀ ਇਹ ਆਪਣੇ ਮਿਹਨਤ 'ਤੇ ਕਾਮਯਾਬ ਰਹੇ ਪੂਰੇ। ਸੋ ਵਾਚਿੰਗ ਦ ਵੀਡੀਓ, ਇਫ ਯੂ ਲਾਈਕ ਇਟ ਪਲੀਜ਼ ਪ੍ਰੈਸ ਦ ਲਾਈਕ ਬਟਨ, ਸ਼ੇਅਰ ਯੋਰ ਵਿਊਜ਼ ਇਨ ਦੀ ਕਮੈਂਟ ਸੈਕਸ਼ਨ, ਐਂਡ ਪਲੀਜ਼ ਸਬਸਕ੍ਰਾਈਬ ਟੂ ਇੰਡੀਆ ਨਿਊਜ਼ ਟੀਵੀ ਫਾਰ ਮੋਰ ਸੱਚ ਅਪਡੇਟਸ।